ਮੇਰੇ ਨਾਲ ਆ ਵੈਰੀ ਪ੍ਰੀਟੀ ਦੀਪਿਕਾ ਮੈਮ, ਕੀ ਹਾਲ ਚਾਲ? ਬਸ ਵਧੀਆ ਜੀ, ਤੁਸੀਂ ਦੱਸੋ ਕਿੱਦਾਂ? ਬਹੁਤ ਵਧੀਆ ਜੀ। ਹਾਂਜੀ, ਕਿੰਨੀ ਕੁ ਐਕਸਾਈਟਮੈਂਟ ਅੱਜ ਨਿਊ ਮੂਵੀ ਦੀ ਅਨਾਊਂਸਮੈਂਟ? ਇੰਨੀ ਐਕਸਾਈਟਮੈਂਟ ਹੈਗੀ ਹੈ, ਹੁਣੇ ਵੀ ਦਿਲ ਇੰਨਾ ਤੱਕ ਤੱਕ ਕਰਦਾ ਪਿਆ, ਬਹੁਤ ਐਕਸਾਈਟਮੈਂਟ ਹੈਗੀ ਹੈ ਅਤੇ ਬਹੁਤ ਖੁਸ਼ ਵੀ ਹੈਗੀ ਹੈ ਕਿ ਸਾਹਿਲ ਸਰ ਨੇ ਮੈਨੂੰ ਬਹੁਤ ਵੱਡਾ ਰੋਲ ਅਤੇ ਬਹੁਤ ਚੰਗਾ ਰੋਲ ਮੈਨੂੰ ਇੱਕ ਸੁਣਾਇਆ, ਅਤੇ ਉਹਨਾਂ ਨੇ ਮੈਨੂੰ ਇੱਕ ਵਾਰ ਵੀ ਨਹੀਂ ਕਿਹਾ ਕਿ ਦੀਪਿਕਾ ਤੂੰ ਕਰਨਾ ਹੈ ਕਿ ਸੁਣਾਈ ਜਾਂ ਇਹਨਾਂ ਸਟੋਰੀ ਸੁਣਾਈ, ਮੈਨੂੰ ਕੁਛ ਨਹੀਂ ਸੁਣਾਇਆ। ਅਤੇ ਉਹਨਾਂ ਨੇ ਬਸ ਕਿਹਾ ਦੀਪਿਕਾ ਇਹ ਹੈਗਾ ਰੋਲ ਤਾਂ ਤੁਸੀਂ ਕਰਨਾ, ਤਾਂ ਅਸੀਂ ਕਿਹਾ ਹਾਂ ਜ਼ਰੂਰ ਕਰਨਾ ਕਿਉਂਕਿ ਸਾਹਿਲ ਸਰ ਬਹੁਤ ਵਧੀਆ ਡਾਇਰੈਕਟਰ ਹੈਗੇ ਹੈ, ਅਤੇ ਉਹਨਾਂ ਨੇ ਬਹੁਤ ਸਾਰੇ ਪਹਿਲੇ ਵੀ ਡਾਇਰੈਕਟ ਕੀਤੇ ਹੈ ਸ਼ੋਜ਼, ਅਤੇ ਆਈ ਐਮ ਵੈਰੀ ਥੈਂਕਫੁਲ ਐਂਡ ਵੈਰੀ ਯੂ ਨੋ ਪ੍ਰਿਵਲੇਜ ਟੂ ਵਰਕ ਵਿਦ ਦਿਸ ਸਾਹਿਲ ਸਰ। ਪਹਿਲਾਂ ਤੁਸੀਂ ਕੈਰੀ ਔਨ ਜੱਟਾਂ ਵਰਗੇ ਲੋਕਾਂ ਵਰਗੀਆਂ ਵੱਡੀਆਂ ਫਿਲਮਾਂ ਕੀਤੀਆਂ, ਅਤੇ ਹੁਣ ਆਈ ਥਿੰਕ ਤੁਹਾਡੀ ਥਰਡ ਫਿਲਮ ਹੈ? ਇਹ ਮੇਰੀ ਥਰਡ ਮੂਵੀ ਹੈਗੀ ਹੈ, ਪੰਜਾਬੀ ਮੂਵੀ ਹੈਗੀ ਹੈ, ਇੱਥੇ ਪਹਿਲੇ ਮੈਂ ਇੱਕ ਸ਼ੋਅ ਵੀ ਕੀਤਾ ਹੈ, ਬਟ ਹਾਂ ਪੰਜਾਬੀ ਇੰਡਸਟਰੀ 'ਚ ਤੁਸੀਂ ਕਹਿ ਸਕਦੇ ਹੋ ਬਹੁਤ ਛੋਟਾ ਜਿਹਾ ਕਲਾਕਾਰ ਹੈਗੀਆਂ, ਅਤੇ ਬਹੁਤ ਨਵਾਂ ਕਲਾਕਾਰ ਹੈਗੀਆਂ, ਅਤੇ ਕੋਸ਼ਿਸ਼ ਕਰਾਂਗੀ ਕਿ ਮੈਂ ਆਪਣੀ ਆਡੀਅੰਸ ਨੂੰ ਖੁਸ਼ ਕਰਾਂ ਅਤੇ ਐਂਟਰਟੇਨ ਕਰਾਂ, ਅਤੇ ਵੇਖਿਓ ਅੱਗੇ ਆਡੀਅੰਸ ਪਸੰਦ ਕਰੇ। ਛੋਟਾ ਜਿਹਾ ਅਤੇ ਨਵਾਂ ਕਲਾਕਾਰ ਹੈ ਜਿਹੜਾ, ਉਹਦਾ ਕਰੈਕਟਰ ਕਿਹੋ ਜਿਹਾ ਇਸ ਮੂਵੀ 'ਚ? ਫਿਰ ਮੇਰਾ ਕਰੈਕਟਰ ਨਵਨੀਤ ਦੀ ਸਹੇਲੀ ਦਾ ਹੈਗਾ, ਫਰੈਂਡ ਹੈਗੀ ਆ ਮੈਂ ਉਹਦੀ, ਅਤੇ ਨਵਨੀਤ ਐਜ਼ ਯੂ ਨੋ ਬਹੁਤ ਵਧੀਆ ਅਤੇ ਬਹੁਤ ਵਧੀਆ ਹੈਗੇ ਆ ਐਕਟਰ ਹੈਗੇ, ਬਹੁਤ ਚੰਗੇ ਐਕਟਰ ਹੈਗੇ ਆ, ਅਤੇ ਵੇਖਿਓ ਕੀ ਵਧੀਆ। ਹਾਂਜੀ, ਅਸੀਂ ਵੇਖਦੇ ਹਾਂ ਕਿ ਅੱਗੇ ਕੀ ਹੋਏਗਾ। ਸਹੇਲੀ ਨੂੰ ਵੀ ਪਿਆਰ ਹੋਊਗਾ ਇਹਦੇ ਵਿੱਚ ਜਾਂ ਇਕੱਲੀ ਨਵਨੀਤ ਨੂੰ ਹੀ ਹੋਊਗਾ? ਮੈਨੂੰ ਲੱਗਦਾ ਸਹੇਲੀ ਨੂੰ ਵੀ ਦੇਖਿਆ ਕੁਛ ਨਾ ਕੁਛ ਦਿੱਤਾ ਹਿੱਸਾ ਉਹਨਾਂ ਨੇ ਪਿਆਰ ਦਾ। ਇਹ ਮੈਂ ਚਾਹੁੰਦੀ ਹਾਂ ਕਿ ਤੁਸੀਂ ਆਓ ਥੀਏਟਰ 'ਚ ਅਤੇ ਖੁਦ ਵੇਖਿਓ, ਤੁਹਾਡਾ ਫੇਸ ਦੇਖ ਕੇ ਲੱਗਦਾ ਵੀ ਮਿਲੂਗਾ ਕੁਛ ਨਾ ਕੁਛ, ਮੈਨੂੰ ਲੱਗ ਰਿਹਾ, ਪਤਾ ਨਹੀਂ ਤੁਹਾਡੀ ਸਮਾਈਲ ਦੇਖ ਕੇ। ਦੇਖੋ ਕੁਛ ਮਿਲੇਗਾ ਨਹੀਂ ਮਿਲੇਗਾ ਤਾਂ ਮੈਂ ਹੀ ਕਹਾਂਗੀ ਕਿ ਮੈਂ ਡਿਸਕਲੋਜ਼ ਨਹੀਂ ਕਰਾਂਗੀ, ਬਟ ਵਧੀਆ ਕਰੈਕਟਰ ਹੈਗਾ, ਤੁਸੀਂ ਸਾਰੇ ਆਓ ਅਤੇ ਥੀਏਟਰ 'ਚ ਆ ਕੇ ਵੇਖੋ, ਅਤੇ ਤੁਸੀਂ ਖੁਦ ਪਸੰਦ ਕਰੋ, ਅਤੇ ਤੁਸੀਂ ਖੁਦ ਇੱਕ ਸਰਪ੍ਰਾਈਜ਼ ਹੋਏਗਾ ਤੁਹਾਡੇ ਲਈ ਕਿ ਕਿੱਦਾਂ ਕਰੈਕਟਰ ਹੈਗਾ। ਥੈਂਕ ਯੂ ਸੋ ਮਚ ਮੈਡਮ, ਥੈਂਕ ਯੂ ਵੈਰੀ ਮਚ।